ਸਤਿ ਸ਼੍ਰੀ ਅਕਾਲ ਜੀ, ਸਵੈਗ ਦੇਸੀ ਰਸੋਈ ਤੁਹਾਡਾ ਸਵਾਗਤ ਹੈ। ਅਤੇ ਅੱਜ ਅਸੀਂ ਆਪਣੀ ਰਸੋਈ ਦੇ ਵਿੱਚ ਪਾਲਕ ਬਾਥੂ ਅਤੇ ਪਨੀਰ ਦੀ ਜਿਹੜੀ ਹੈ ਸਬਜ਼ੀ ਬਣਾਉਣ ਲੱਗੇ ਹਾਂ। ਅਤੇ ਉਹਦੇ ਲਈ ਅਸੀਂ ਆਪਣਾ ਜਿਹੜੀ ਪਾਲਕ ਅਤੇ ਬਾਥੂ ਜਿਹੜਾ ਹੈ ਉਹ ਤਿਆਰ ਕਰ ਲਿਆ। ਅਤੇ ਆਓ ਅਸੀਂ ਅੱਗੋਂ ਰੈਸਪੀ ਤਿਆਰ ਕਰੀਏ। ਪਾਲਕ ਅਤੇ ਬਾਥੂ ਅਸੀਂ ਲੈ ਕੇ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਅਤੇ ਉਸਨੂੰ ਕੁੱਕਰ ਦੇ ਵਿੱਚ ਵਿਸਲ ਦਵਾ ਲਈਏ। ਅਤੇ ਇਹ ਜਿਹੜਾ ਸਾਡਾ ਪਾਲਕ ਅਤੇ ਬਾਥੂ ਹੈਗਾ ਇਹ ਠੰਡਾ ਹੋ ਗਿਆ, ਅਤੇ ਇਹਨੂੰ ਅਸੀਂ ਮਿਕਸੀ ਦੇ ਵਿੱਚ ਆਪਣਾ ਗ੍ਰਾਇੰਡ 'ਚ ਗ੍ਰਾਇੰਡ ਕਰ ਲਵਾਂਗੇ। ਅਤੇ ਉੱਧਰ ਅਸੀਂ ਆਪਣਾ ਕੜਾਹੀ ਜਿਹੜੀ ਉਹਦੇ ਵਿੱਚ ਤੇਲ ਪਾ ਕੇ ਤੜਕਾ ਤਿਆਰ ਕਰਨ ਲੱਗੇ ਹਾਂ। ਅਤੇ ਇਹਦੇ ਵਿੱਚ ਤੇਲ ਸਾਡਾ ਜਿਹੜਾ ਗਰਮ ਹੋ ਚੁੱਕਿਆ, ਅਤੇ ਇਹਦੇ ਵਿੱਚ ਅਸੀਂ ਪਹਿਲਾਂ ਪਾਵਾਂਗੇ ਜੀ ਜੀਰਾ। ਮਸਾਲੇ ਜਿਹੜੇ ਨੇ ਉਹ ਆਮ ਜਿਸ ਤਰ੍ਹਾਂ ਆਪਣੀ ਸਬਜ਼ੀ 'ਚ ਪੈਂਦੇ ਨੇ ਉਸੇ ਤਰ੍ਹਾਂ ਪੈਣੇ ਆ, ਕੋਈ ਐਡੀ ਕੁਆਂਟਿਟੀ ਦੀ ਗੱਲ ਨਹੀਂ, ਆਪਣੇ ਟੇਸਟ ਦੇ ਮੁਤਾਬਕ ਹੀ ਆਪਾਂ ਮਸਾਲੇ ਜਿਹੜੇ ਨੇ ਪਾਉਣੇ। ਜੀਰਾ ਜਿਹੜਾ ਉਹ ਸਾਡਾ ਲਾਲ ਹੋ ਗਿਆ, ਅਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਇਹ ਬਰੀਕ ਮੀਡੀਅਮ ਦੋ ਪਿਆਜ਼ ਜਿਹੜੇ ਨੇ ਉਹ ਅਸੀਂ ਕੱਟ ਲਏ ਨੇ, ਇਹ ਪਿਆਜ਼ ਪਾ ਦਾਂਗੇ। ਤਿੰਨ ਚਾਰ ਮਿਰਚਾਂ ਨੇ ਹਰੀਆਂ ਜਿਹੜੀਆਂ ਬਰੀਕ ਕੱਟ ਕੇ, ਇਹ ਵੀ ਪਾ ਦਾਂਗੇ ਜੀ। ਤੁਸੀਂ ਪਹਿਲਾਂ ਪਾਲਕ ਅਤੇ ਆਪਣਾ ਪਨੀਰ ਦੀ ਸਬਜ਼ੀ ਰੈਸਪੀ ਤਾਂ ਤੁਸੀਂ ਅੱਜ ਦੇਖੀ ਹੈ, ਪਰ ਜਿਹੜੇ ਬਾਥੂ ਦੇ ਨਾਲ ਜਿਹੜੀ ਇਹ ਜਿਹੜੀ ਸਬਜ਼ੀ ਬਣਦੀ ਹੈ ਉਹ ਬਹੁਤ ਟੇਸਟੀ ਬਣਦੀ ਹੈ। ਕਈ ਲੋਕ ਇਸ ਤਰ੍ਹਾਂ ਇਕੱਲੇ ਪਾਲਕ ਨੂੰ ਪਸੰਦ ਨਹੀਂ ਕਰਦੇ, ਅਦਰਕ ਹੈ ਅਦਰਕ ਨੂੰ ਅਸੀਂ ਤੁਸੀਂ ਕੱਟ ਕੇ ਪਾਉਣਾ ਕੱਟ ਕੇ ਪਾ ਲਓ। ਇਹ ਚ ਹੁਣ ਅਸੀਂ ਲਸਣ ਪਾ ਦਾਂਗੇ। ਪਿਆਜ਼ ਜਿਹੜਾ ਸਾਡਾ ਤਿਆਰ ਹੋ ਰਿਹਾ, ਅਤੇ ਇਹਦੇ ਵਿੱਚ ਅਸੀਂ ਇੱਕ ਟੇਬਲ ਸਪੂਨ ਜਿਹੜਾ ਹੈ ਬੇਸਣ ਪਾਵਾਂਗੇ। ਬੇਸਣ ਸਾਡਾ ਜਿਹੜਾ ਉਹ ਵੀ ਇਹਦੇ ਵਿੱਚ ਭੁੱਜ ਗਿਆ, ਅਤੇ ਇਹਦੇ ਵਿੱਚ ਹੁਣ ਅਸੀਂ ਦੋ ਮੀਡੀਅਮ ਟਮਾਟਰ
थोड़ा जहा पानी पा देंगे। हूँ ये हल्दी वगैरह पावांगे। हरी मिर्च असी पाई है, इस करके लाल मिर्च ध्यान नाल अपने टेस्ट के मुताबिक और नमक भी अपने टेस्ट के मुताबिक पाना है। छोटा चम्मच धनिया पाउडर, इसी तरह छोटा चम्मच गरम मसाला, पानी पा के मसाले चंगी तरह भुन लेंगे। सारे टमाटर जेडे ने गल जाएंगे। इस पानी थोड़ा जहा होर पावांगे। जिन्हें चिर साडा मसाला तैयार होंदा है ते असी जिहड़ी अपनी पालक ते बाथू जिहड़ा बॉयल किया सी उहनू ग्राइंड कर लांगे। इहदे विच असी थोड़ी जिही कसूरी मेथी पा देंगे जिहदा टेस्ट बहुत अच्छा लगता है। थोड़ा पानी पाऊंगा। मसाला जेड़ा तैयार हो गया ते पालक बाथू जिहड़ा वह भी असीं ग्राइंड कर लिया, ग्राइंड कर पा देंगे। इसनों चंगी तरह मिक्स करके 10 मिनट इस गैस से चंगी तरह पका लेंगे ताकि जो मसाले ने वो
पालक दे विच मिक्स हो जाए। पालक जिहड़ी उह तैयार हो गई है ते इहदे विच असीं पनीर पावांगे। पनीर अपनी जरूरत मुताबक वध घट आपां पा सकदे हां। सब्जी साड़ी तैयार है। क्योंकि पनीर तो ते वो जरूर ज्यादा नहीं विच पकान दी हूँ असी इस सर्व कराने गैस बंद कर देंगे। पालक बाथू पनीर साड़ा जिहड़ा बहुत वधिया बनिया ते जिहड़ा देखण च वी बहुत अच्छा लग रहा है, टेस्ट भी है, ते तुसी भी जरूर इस तरह ट्राई करो ते नाल ही अपने कमेंट्स ते साड़ी जिहड़ी वीडियो लाइक जरूर करो ते जे साड़ा चैनल सबसक्राइब नहीं किया ते वह भी जरूर करो ते नाल ही बैल आइकन दबाओ ताकि जिन्नियां भी साड़ियां रेसिपी वीडियोज़ ने वो तुहाडे तक पहुँचदियां रहन। ते असी फिर मिलांगे नवीं रेसिपी लैके।